ਪਿੰਡ ਕਬੂਲਸ਼ਾਹ ਵਿੱਚ ਗੁਰਦੁਆਰੇ ਦੀ ਪ੍ਰਧਾਨਗੀ ਨੂੰ ਲੈ ਕੇ ਚੱਲ ਰਹੀ ਖਿੱਚੋ ਤਨ ਸਤਿਕਾਰ ਕਮੇਟੀ ਦੇ ਦਖਲ ਤੋਂ ਬਾਅਦ ਖਤਮ ਹੋ ਗਈ। ਬੀਤੇ ਦਿਨੀ ਗੁਰਦੁਆਰਾ ਦੀ ਪ੍ਰਧਾਨਗੀ ਨੂੰ ਲੈ ਕੇ ਇੱਕ ਧਿਰ ਨੇ ਪਹਿਲਾਂ ਦੀ ਕਮੇਟੀ ਨੂੰ ਦਰਕਿਨਾਰ ਕਰਕੇ ਨਵੀਂ ਕਮੇਟੀ ਬਣਾ ਲਈ ਸੀ ਅਤੇ ਨਵੀਂ ਕਮੇਟੀ ਨੇ ਅਖੰਡ ਪਾਠ ਰਖਵਾ ਕੇ ਆਪਣੀ ਹਕੂਮਤ ਸ਼ੁਰੂ ਕਰ ਦਿੱਤੀ ਸੀ, ਜਿਸ ਕਾਰਨ ਪਿੰਡ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਸੀ। ਪਿੰਡ ਦੇ ਕੁਝ ਸੂਝਵਾਨ ਲੋਕਾਂ ਨੇ ਇਸ ਦੀ ਸੂਚਨਾ ਗੁਰਦੁਆਰਾ ਸਤਿਕਾਰ ਕਮੇਟੀ ਨੂੰ ਦਿੱਤੀ ਤਾਂ ਸਤਿਕਾਰ ਕਮੇਟੀ ਦੀ 3 ਮੈਂਬਰੀ ਟੀਮ ਪਿੰਡ ਕਬੂਲਸ਼ਾਹ ਵਿੱਚ ਪੁੱਜੀ। ਸਤਿਕਾਰ ਕਮੇਟੀ ਨੇ ਦੋਨਾਂ ਧਿਰਾਂ ਨੂੰ ਲਾਂਭੇ ਕਰਕੇ ਪਿੰਡ ਦੇ ਲੋਕਾਂ ਦੇ ਭਾਰੀ ਇਕੱਠ ਵਿੱਚੋਂ ਕੁਝ ਵਿਅਕਤੀਆਂ ਦੀ ਚੋਣ ਕਰਕੇ ਨਵੀਂ ਕਮੇਟੀ ਬਣਾ ਦਿੱਤੀ। ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਪਿੰਡ ਵਿੱਚ ਸ਼ਾਂਤਮਈ ਮਾਹੌਲ ਬਣਾ ਕੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਸਾਡੇ ਗੁਰਦੁਆਰਾ ਸਾਹਿਬ ਗ੍ਰੰਥੀ ਦੀ ਕਮੇਟੀ ਨਾਲ ਕੋਈ ਤਕਰਾਰ ਹੋ ਗਿਆ ਸੀਗਾ। ਗ੍ਰੰਥੀ ਨੇ ਕੱਲ੍ਹ 4 ਵਜੇ ਦਾ ਟਾਈਮ ਦਿੱਤਾ ਸੀ, ਮੈਂ ਛੁੱਟੀ ਕਰਕੇ ਜਾਂਦਾ ਰਹੂੰਗਾ। ਗ੍ਰੰਥੀ ਨੇ ਸਾਡੇ ਕੋਲ ਆਪਦੀ ਤਨਖਾਹ ਲੈ ਲਈ। 5:30 ਵਜੇ ਉਹਨੇ ਕਈ ਸ਼ਰਾਰਤੀ ਅਨਸਰ, ਪੱਪਾ ਸਰਪੰਚ ਉਹਦਾ ਭਰਾ, ਉਹਨਾਂ ਨੂੰ ਬੁਲਾ ਕੇ 100-150 ਬੰਦਾ ਬੁਲਾ ਕੇ ਗੁਰਦੁਆਰਾ ਸਾਹਿਬ 'ਤੇ ਕਬਜ਼ਾ ਕਰ ਲਿਆ ਅਤੇ ਅੱਜ ਸੁਬਾਹ ਉਹਨਾਂ ਨੇ ਆਪਦੀ ਕਮੇਟੀ ਬਣਾ ਕੇ ਗੁਰਦੁਆਰਾ ਸਾਹਿਬ ਦੀ ਨਵੀਂ ਅਤੇ ਅਖੰਡ ਪਾਠ ਪ੍ਰਕਾਸ਼ ਕਰਤਾ। ਗੁਰਦੁਆਰਾ ਜਿਹੜੀ ਕਮੇਟੀ ਪਹਿਲਾਂ ਰਜਿਸਟਰਡ ਹੋਈ ਹੋਈ ਹੈ ਉਹਨਾਂ ਨੂੰ ਬਾਹਰ ਕੱਢਤਾ। ਕਮੇਟੀ ਹੁਣ ਆਪਦੀ ਕਾਰਵਾਈ ਕਰਦੀ ਹੈ, ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਵੀ ਸਾਡੀ ਹੈ ਜਿਹੜੀ ਸੁਣਵਾਈ ਕੀਤੀ ਜਾਵੇ ਅਤੇ ਗੁਰਦੁਆਰਾ ਸਾਹਿਬ ਮਤਲਬ ਉਹਨਾਂ ਨੂੰ ਸ਼ਰਾਰਤੀ ਅਨਸਰ ਨੂੰ ਬਾਹਰ ਕੱਢਿਆ ਜਾਵੇ ਅਤੇ ਗੁਰਦੁਆਰਾ ਜਿਹੜਾ ਪ੍ਰਬੰਧਕ ਕਮੇਟੀ ਦੇ ਸਪੁਰਦ ਕੀਤਾ ਜਾਵੇ। ਕਮੇਟੀ ਅਸੀਂ ਜੀ ਅੱਜ ਮੈਸੇਜ ਸਾਰਿਆਂ ਨੂੰ ਦਿੱਤੇ ਹੈ, ਅੱਜ ਬੰਦ ਕਰਕੇ ਅੱਜ ਨਹੀਂ ਕੋਈ ਕਾਰਵਾਈ ਹੋ ਸਕਦੀ, ਕੱਲ੍ਹ ਸੁਬਾਹ ਕਾਰਵਾਈ ਕਰਾਂਗੇ। ਕੱਲ੍ਹ ਬੋਦੀ ਵਾਲੀ ਦਿੱਤੀ ਸ਼ਾਮ ਨੂੰ ਅਤੇ ਅਸੀਂ ਐਪਲੀਕੇਸ਼ਨ ਬੋਦੀ ਵਾਲੇ ਥਾਣੇ ਵੀ ਦਿੱਤੇ ਸ਼ਾਮ ਨੂੰ ਪੱਕੇ ਅਤੇ ਹੁਣ ਅਸੀਂ ਡੀਸੀ ਸਾਹਿਬ ਉਹਦੀ ਮੰਨ ਲਓ ਉਹਦਾ ਭਰਾ ਕਰਨੈਲ ਹੈ ਅਤੇ ਗੁਰਦੇਵ ਦਾਸ ਮਹੰਤ, ਮਲਕੀਤ ਦਾਸ ਮਹੰਤ, ਰਣਜੀਤ ਦਾਸ ਮਹੰਤ, ਬਾਕੀ ਉਹਨਾਂ ਦਾ ਸਾਰਾ ਪਰਿਵਾਰ ਹੀ ਹੈਗਾ ਜੀ ਮੰਤਾਂ ਦੇ ਬੰਦੇ ਹੋਰ ਜ਼ਬਰਦਸਤ। ਰਾਤ ਉਹ ਲੜਨਾ ਚਾਹੁੰਦੇ ਸੀ ਪਰ ਅਸੀਂ ਸਾਡੀ ਕਮੇਟੀ ਜਿਹੜੀ ਚੁੱਪ ਕਰਕੇ ਬਾਹਰ ਨਿਕਲ ਕੇ ਕੋਈ ਬੰਦਾ ਬੋਲਿਆ ਨਹੀਂਗਾ। ਉਹਨਾਂ ਨੇ ਰਾਤ ਸਾਰੀ ਰਾਤ ਗੁਰਦੁਆਰੇ ਰਹੇ ਤਲਕੇ ਆਪਦੀ ਕਮੇਟੀ ਬਣਾ ਕੇ ਉਹਨਾਂ ਨੇ ਅਖੰਡ ਪਾਠ ਪ੍ਰਕਾਸ਼ ਕਰਤਾ। ਤੁਸੀਂ ਪਹਿਲੇ ਗ੍ਰੰਥੀ ਰਹੇ ਹੋ ਜਾਂ ਕੀ? ਗ੍ਰੰਥੀ ਇੰਚਾਰਜ ਰਹੇ ਹੋ ਪਹਿਲੇ? ਅੱਛਾ, ਪਹਿਲੇ ਕਿੰਨੇ ਸਾਲਾਂ ਤੁਸੀਂ ਕਮੇਟੀ ਇੰਚਾਰਜ ਰਹੇ? ਮੈਨੂੰ 15 ਸਾਲ ਹੋ ਗਏ। 15 ਸਾਲਾਂ ਤੁਸੀਂ ਕਰ ਰਹੇ ਹੋ? ਰਜਿਸਟਰਡ ਕਮੇਟੀ ਪਿਛਲੇ ਸਾਲ ਹੈ। ਠੀਕ ਹੈ, ਤਾਂ ਤੁਹਾਨੂੰ ਹਟਾ ਕੇ ਉਹਨਾਂ ਆਪਦੀ ਕਮੇਟੀ ਕਮੇਟੀ ਬਣਾ ਲਈ ਟੰਪੇ ਰਾਤ ਰਾਤ ਬਣੀ ਕੀ ਹੁਣ? ਹਾਂ, ਕੀ ਤੁਹਾਡੀ ਹੁਣ ਮੰਗ ਹੈ? ਸਾਡੇ ਜਾਂ ਵੀ ਉਹਨਾਂ ਨੂੰ ਗੁਰਦੁਆਰਾ ਸਾਹਿਬ 'ਚੋਂ ਮਨਮੁੱਖ ਬੰਦੇ ਹੈਗੇ ਸਾਰੇ, ਕੋਈ ਉਹਨਾਂ 'ਚ ਅੰਮ੍ਰਿਤਧਾਰੀ ਨਹੀਂ ਗਾ, ਸਾਰੇ ਬੀੜੀਆਂ ਵਾਲੇ ਜਰਦੇ ਵਾਲੇ ਬੰਦੇ ਆ। ਉਹਨਾਂ ਨੂੰ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦੀ ਬੇਅਦ ਵੀ ਕਰਦੇ ਆ। ਚਾਰ ਚਾਰ ਵਿਆਹ ਕਰਵਾਏ ਗੁਰਦੁਆਰਾ ਸਾਹਿਬ 'ਚੋਂ ਬਾਹਰ ਕੱਢ ਕੇ ਅਤੇ ਸਾਨੂੰ ਗੁਰਦੁਆਰਾ ਸਾਹਿਬ ਜੀ ਚਾਰ ਦਿੱਤਾ ਜਾਵੇ ਜਿਹੜੇ ਸ਼ਾਸਨ ਤੋਂ ਮੰਗ ਕਰਦੇ। ਰਜਿਸਟਰ ਕਰਵਾਈ ਹੈ ਤੁਹਾਡੇ ਕੋਲ ਕੋਈ? ਇਸ ਕਿਹੜੇ ਸਾਲ 'ਚ ਕਰਵਾਈ ਹੈ? ਹੁਣ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦੇਣ ਵਾਸਤੇ ਆਏ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਜੀ, ਅੱਜ ਆਪਾਂ ਪਿੰਡ ਕਬੂਲਸ਼ਾਹ ਖੁੱਬਣ ਜ਼ਿਲ੍ਹਾ ਫਾਜ਼ਿਲਕਾ ਵਿੱਚ ਆਏ ਹਾਂ। ਇੱਥੇ ਗੁਰੂ ਘਰ ਦੇ ਪ੍ਰਬੰਧ ਨੂੰ ਲੈ ਕੇ ਦੋਵਾਂ ਧੜਿਆਂ ਦੀ ਆਪਸੀ ਕਸਮਕਸ ਚੱਲਦੀ ਸੀ। ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ, ਮਹਾਰਾਜ ਨੇ ਆਪ ਬਖਸ਼ਿਸ਼ ਕਰਕੇ ਦੋਹਾਂ ਹੀ ਧੜਿਆਂ ਨੂੰ ਸਮੱਤ ਬਖਸ਼ੀ ਹੈ ਅਤੇ ਗੁਰੂ ਘਰ ਦੀ ਸੇਵਾ ਜਿਹੜਾ ਵਿਵਾਦ ਚੱਲ ਰਿਹਾ ਸੀਗਾ ਉਹ ਸਤਿਕਾਰ ਕਮੇਟੀ ਦੀ ਸ਼ਮੂਲੀਅਤ ਦੇ ਨਾਲ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਖਤਮ ਹੋ ਗਿਆ ਆ। ਅਤੇ ਜਿਨ੍ਹਾਂ ਵੀਰਾਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਪ੍ਰਣ ਕੀਤਾ ਆ ਸੇਵਾ ਕਰਨ ਦਾ, ਉਹਨਾਂ ਨੂੰ ਸੱਚੇ ਪਾਤਸ਼ਾਹ ਬਲ ਬਖਸ਼ਣ ਅਤੇ ਸਾਰੀਆਂ ਸੰਗਤਾਂ ਨੂੰ ਉਹਨਾਂ ਵੀਰਾਂ ਦਾ ਸਾਥ ਦੇਣ ਦਾ ਬਲ ਬਖਸ਼ਣ। ਅਸੀਂ ਸਾਰੇ ਪੰਜਾਬ ਦੀਆਂ ਗੁਰਸਿੱਖ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਾਂ ਆਪਣੇ ਨਿੱਜੀ ਧੜਿਆਂ ਤੋਂ ਉੱਚੇ ਉੱਠ ਕੇ ਗੁਰੂ ਘਰਾਂ ਦੇ ਸੁਚੱਜੇ ਪ੍ਰਬੰਧ ਰਲ ਮਿਲ ਕੇ ਚਲਾਈਏ। ਗੁਰੂ ਬਾਬਾ ਜੀ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।